ਵਰਾਂ ਦੀ ਖਬਰ ਇੱਕ ਬੰਦਾ ਵੋਟ ਪਾ ਕੇ ਬਾਹਰ ਨਿਕਲਿਆ ਤੇ ਬਾਹਰ ਨਿਕਲਦੇ ਨੂੰ ਉਹਦੇ ਕੋ ਸਾਥੀ ਉਹਨੂੰ ਘੇਰ ਲੈਂਦੇ ਨੇ ਤੇ ਪੁੱਛਦੇ ਨੇ ਵੋਟ ਕਿਹਨੂੰ ਪਾਈ ਉਹ ਕਹਿੰਦਾ ਮੈਂ ਤਾਂ ਦੇਸ਼ ਦੇ ਹਿੱਤ ਵਿੱਚ ਰਾਸ਼ਟਰਵਾਦ ਦੇ ਨਾਂ ਤੇ ਵੋਟ ਪਾਇਆ ਤੇ ਕਹਿੰਦੇ ਕਾਂਗਸੀ ਉਹਦੀ ਗੱਲ ਸੁਣ ਕੇ ਉਹਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਕਿ ਅੱਛਾ ਤੂੰ ਬੀਜੇਪੀ ਨੂੰ ਵੋਟ ਪਾਇਆ ਉਹ ਕਹਿੰਦਾ ਮੈਂ ਕਹਦਾ ਆਖਿਆ ਮੈਂ ਬੀਜੇਪੀ ਨੂੰ ਵੋਟ ਪਾਈ ਕਹਿੰਦਾ ਸਾਨੂੰ ਨਹੀਂ ਪਤਾ ਰਾਸ਼ਟਰਵਾਦ ਦਾ ਕੀ ਮਤਲਬ ਅਜਿਹੀ ਕੁਝ ਖਬਰ ਪੰਜਾਬ ਚ ਵੀ ਰੋਲਾ ਬਣਦੀ ਰਹੀ ਸੋਸ਼ਲ ਮੀਡੀਆ ਤੇ ਖਾਸ ਕਰਕੇ ਕਹਿੰਦੇ ਫਿਰੋਜ਼ਪੁਰ ਦੇ ਇੱਕ ਬੱਸ ਅੱਡੇ ਦੇ ਉੱਤੇ ਖੜ ਕੇ ਇੱਕ ਬੰਦਾ ਰੋਲਾ ਪਾਉਣ ਲੱਗ ਗਿਆ ਜਿਹਨੂੰ ਮਰਜ਼ੀ ਵੋਟ ਪਾਓ ਗੱਪੀ ਨੂੰ ਨਾ ਪਾਓ ਜਿਹਨੂੰ ਮਰਜ਼ੀ ਵੋਟ ਪਾਓ ਗੱਪੀ ਨੂੰ ਨਾ ਪਾਓ ਤੇ ਕਹਿੰਦੇ ਅਕਾਲੀਆਂ ਨੇ ਉਹ ਬੰਦਾ ਕੁੱਟਤਾ ਉਹ ਕਹਿੰਦਾ ਭਾਈ ਮੈਨੂੰ ਕਿਉਂ ਕੁੱਟਦੇ ਹੋ ਕਹਿੰਦੇ ਤੂੰ ਕਿਉਂ ਕਹਿ ਰਿਹਾ ਕਿ ਸੁਖਵੀਰ ਨੂੰ ਵੋਟ ਨਾ ਪਾਓ ਉਹ ਕਹਿੰਦਾ ਮੈਂ ਕਦ ਕਹਾ ਸੁਖਵੀਰ ਨੂੰ ਵੋਟ ਨਾ ਪਾਓ ਕਹਿੰਦਾ ਸਾਨੂੰ ਨਹੀਂ ਪਤਾ ਗੱਪੀ ਕਿਹਨੂੰ ਹੈ ਏਸੇ ਤਰ੍ਹਾਂ ਨਵਜੋਤ ਸਿੱਧੂ ਜਦੋਂ ਬਠਿੰਡਾ 'ਚ ਬੋਲਦਾ ਕਿ ਫ੍ਰੈਂਡਲੀ ਮੈਚ ਹੈ ਤਾਂ ਸਭ ਤੋਂ ਪਹਿਲਾ ਬਿਆਨ ਕੈਪਟਨ ਅਮਰਿੰਦਰ ਦਾ ਆਇ ਇਹਦਾ ਮਤਲਬ ਕੈਪਟਨ ਵੀ ਸਮਝ ਗਿਆ ਕਿ ਫਰੈਂਡ ਕਿਨੂੰ ਕਹਿ ਰਿਹਾ ਹੈ ਮਿਲੇ ਹੋਏ ਨੇ ਜਿਹੜੇ ਇਸ ਲਈ ਇਹ ਸਾਰੀਆਂ ਖਬਰਾਂ ਦੀ ਅੱਜ ਆਪਾਂ ਹੁਣ ਖਬਰ ਲਵਾਂਗੇ ਸਭ ਤੋਂ ਪਹਿਲਾਂ ਸਿੱਧੂ ਵਾਲੀ ਖਬਰ ਸਿੱਧੂ ਬੋਲ ਰਿਹਾ ਜੀ ਅੱਜ ਕੱਲ ਕਿਹਦੇ ਖਿਲਾਫ ਬੋਲ ਰਿਹਾ ਅਕਾਲੀ ਦਲ ਖਿਲਾਫ ਵੀ ਬੋਲਦਾ ਹੈ ਭਾਜਪਾ ਖਿਲਾਫ ਵੀ ਬੋਲਦਾ ਹੈ ਮੋਦੀ ਖਿਲਾਫ ਵੀ ਬੋਲਦਾ ਹੈ ਪਰ ਕੈਪਟਨ ਖਿਲਾਫ ਵੀ ਬੋਲ ਗਿਆ ਤੇ ਉਹ ਮੁੱਦਾ ਬਹੁਤ ਵੱਡਾ ਮੁੱਦਾ ਬਣ ਗਿਆ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਇਹ ਅੱਜ ਦੀ ਕਾਰਵਾਈ ਨਹੀਂ ਤੁਸੀਂ ਪਿੱਛੇ ਸਮਝ ਧਿਆਨ ਦਿਓ ਜਦੋਂ ਨਵਜੋਤ ਸਿੰਘ ਸਿੱਧੂ ਬੋਲਣਾ ਸ਼ੁਰੂ ਕਰਦਾ ਅਕਾਲੀ ਦਲ ਦੇ ਖਿਲਾਫ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਬਾਦਲ ਬਿਕਰਮ ਮਜੀਠੀਆ ਤਿੰਨਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਂਦਾ ਪਰ ਮੋਦੀ ਤੇ ਅਮਿਤ ਸ਼ਾਹ ਦੇ ਖਿਲਾਫ ਨਹੀਂ ਬੋਲਦਾ ਕਿਸ ਦਿਨ ਬੋਲਦਾ ਜਦੋਂ ਰਾਜ ਸਭਾ ਛੱਡ ਕੇ ਪੰਜਾਬ ਆ ਜਾਂਦਾ ਨਵਜੋਤ ਸਿੰਘ ਸਿੱਧੂ ਨੇ ਜਿਹ ਦਿਨ ਰਾਜ ਸਭਾ ਛੱਡੀ ਸੀ ਨਾ ਬੀਜੇਪੀ ਦੀ ਉਸ ਦਿਨ ਬੇਅਦਵੀ ਲਈ ਨਹੀਂ ਛੱਡੀ ਸੀ ਉਸ ਦਿਨ ਉਹਨੇ ਅਕਾਲੀ ਦਲ ਦੇ ਖਿਲਾਫ ਲੜਾਈ ਲੜਦੇ ਆ ਕਾਂਗਰਸ ਲਈ ਨਹੀਂ ਛੱਡੀ ਸੀ ਜਨਾਬ ਉਸਨੇ ਰਾਸ਼ਟ ਸਭਾ ਛੱਡੀ ਸੀ ਆਮ ਆਦਮੀ ਪਾਰਟੀ ਲਈ ਤੇ ਮੁੱਦਾ ਬਣਾਇਆ ਸੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਕਹਿੰਦਾ ਮੈਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਪੰਜਾਬ 'ਚ ਰਹਿਣਾ ਚਾਹੁੰਦਾ ਤੇ ਅਕਾਲੀ ਦਲ ਮੈਨੂੰ ਪੰਜਾਬ 'ਚ ਟਿਕਣ ਨਹੀਂ ਦਿੰਦਾ ਪਰ ਉਸਨੇ ਉਸ ਦਿਨ ਤੋਂ ਪਹਿਲਾਂ ਤੱਕ ਮੋਦੀ ਤੇ ਅਮਿਤ ਸ਼ਾਹ ਨੂੰ ਨਿਸ਼ਾਨਾ ਨਹੀਂ ਬਣਾਇਆ ਤੇ ਅਜੇ ਹੁਣ ਕੁਝ 2.5 ਸਾਲ ਬਾਅਦ ਕਾਂਗਰਸ 'ਚ ਵੀ ਹੋ ਰਿਹਾ ਉਹੀ ਨਵਜੋ ਸਿੱਧੂ ਉਹੀ ਅਦਾਕਾਰੀ ਉਹੀ ਅੰਦਾਜ਼ ਤੇ ਉਹੀ ਬਿਆਨਬਾਜ਼ੀ ਉਹ ਬਠਿੰਡਾ ਦੇ ਵਿੱਚ ਜਦੋਂ ਬੋਲਦਾ ਤਾਂ ਸਾਫ਼ ਲਫ਼ਜ਼ਾਂ ਚ ਆਖਦਾ ਕਿ ਮੈਂ ਤਾਂ ਪ੍ਰਿੰਕਾ ਗਾਂਧੀ ਦੇ ਕਹੇ ਤੇ ਆਇਆ ਤੇ ਦੂਸਰੇ ਦਿਨ ਉਸੇ ਬਠਿੰਡਾ ਚ ਫਿਰ ਰੈਲੀ ਕਰਦਾ 17 ਤਰੀਕ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਦਾ ਆਖਰੀ ਦਿਨ ਰਾਜਾ ਬੜਿੰਗ ਲਈ ਖੜਕੇ ਬੋਲਦਾ ਕਿ ਇੱਥੇ ਬਠਿੰਡਾ ਦੇ ਵਿੱਚ ਫਰੈਂਡਲੀ ਮੈਚ ਹੈ ਰਾਤਾਂ ਨੂੰ ਮਿਲਦੇ ਨੇ ਮੈਂ ਇਹਦਾ ਪਰਦਾ ਪਾਸ਼ ਕਰਾਂਗਾ ਤੇ ਉਹਦਾ ਸਿੱਧਾ ਨਿਸ਼ਾਨਾ ਪੰਜਾਬ ਦੀ ਕਾਂਗਰਸ ਪਾਰਟੀ ਪੰਜਾਬ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਤੇ ਪ੍ਰਿੰਕਾ ਖਿਲਾਫ ਨਹੀਂ ਬੋਲਦਾ ਨਵਜੋਤ ਸਿੰਘ ਸਿੱਧੂ ਬੋਲਦਾ ਕਿ ਦੇ ਆ ਕੈਪਟਨ ਖਿਲਾਫ ਇਹ ਸੰਕੇਤ ਦੇ ਰੂਪ ਵਿੱਚ ਬੋਲਦਾ ਪਰ ਦੂਜੇ ਪਾਸੇ ਉਹਦੀ ਘਰ ਵਾਲੀ ਤਾਂ ਸਿੱਧਾ ਬੋਲਦੀ ਹੈ ਕਿ ਮੇਰੀ ਟਿਕਟ ਇਹਨਾਂ ਨੇ ਕਟਾਈ ਇਸੇ ਤਰ੍ਹਾਂ ਉਹ ਪਹਿਲਾਂ ਬਾਦਲਾਂ ਖਲਾਬੀ ਖੁੱਲ ਕੇ ਬੋਲੀ ਸੀ ਹੁਣ ਉਹ ਕੈਪਟਨ ਦਿਆ ਸ਼ਾਹ ਕੁਮਾਰੀ ਖਲਾਬ ਬੋਲਦੀ ਹੈ ਫਿਰ ਨਵਜੋਤ ਸਿੱਧੂ ਦੀ ਇਸ ਮਸਲੇ ਦੇ ਉੱਤੇ ਵੋਟਾਂ ਵਾਲੇ ਦਿਨ ਕੈਪਟਨ ਨਵਿੰਦਰ ਬੋਲਣ ਲੱਗ ਜਾਂਦੇ ਨੇ ਕੈਪਟਨ ਨਵਿੰਦਰ ਕਿਉਂ ਪੰਜਾਬ ਦੇ ਮੰਤਰੀ ਬੋਲਦੇ ਨੇ ਜੀ ਸੁਖਜਿੰਦਰ ਸਿੰਘ ਰੰਦਾਵਾ ਸੁਖੀ ਰੰਦਾਵਾ ਨਵਜੋਤ ਸਿੱਧੂ ਦੇ ਖਾਸਮ ਖਾਸ ਮੰਨੇ ਜਾਂਦੇ ਨੇ ਉਹਨਾਂ ਨੇ ਸਾਫ਼ ਕਿਹਾ ਕਿ ਹੁਣ ਹੱਦ ਹੋ ਗਈ ਹੁਣ ਮੈਨੂੰ ਵੀ ਸੋਚਣਾ ਪਊਗਾ ਮੈਂ ਹਰ ਗੱਲ ਤੇ ਸਿੱਧੂ ਦੇ ਨਾਲ ਖੜਦਾ ਰਿਆ ਪਰ ਅੱਜ ਮੈਨੂੰ ਵੀ ਸੋਚਣਾ ਪੈਣਾ ਤੇ ਦੂਸਰੇ ਪਾਸੇ ਬ੍ਰਹਮ ਹੈਦਰਾ ਵੀ ਕਹਿੰਦੇ ਨੇ ਕਿ ਅਨੁਸ਼ਾਸਨ ਭੰਗ ਕੀਤਾ ਹੈ ਕਾਂਗਰਸ ਪਾਰਟੀ ਦੀ ਪਿੱਠੇ ਛੁਰਾ ਮਾਰਿਆ ਇਸ ਲਈ ਇਹਦੇ ਪਰ ਹੁਣ ਅਨੁਸ਼ਾਸਨੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਮਹਾਰਾਜਾ ਪਟਿਆਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਾਂਗਰਸ ਤੋਂ ਇਸ ਗੱਲੋਂ ਔਖੇ ਹੋ ਗਏ ਸੀ ਕਿਸੇ ਸਮੇਂ ਕਿ ਮੈਨੂੰ ਪ੍ਰਧਾਨ ਨਹੀਂ ਬਣਾ ਰਹੇ ਤੇ ਮੈਂ ਵੱਖਰੀ ਪਾਰਟੀ ਬਣਾ ਲਾਂਗਾ ਮੁੱਖ ਮੰਤਰੀ ਬਣ ਤੋਂ ਬਾਅਦ ਉਹਨਾਂ ਨੇ ਇਹ ਖੁਲਾਸਾ ਕੀਤਾ ਸੀ ਕਿ ਮੈਂ ਤਿਆਰੀ ਕਰ ਲਈ ਸੀ ਵੱਖਰੀ ਪਾਰਟੀ ਬਣਾਉਣ ਦੀ। ਉਹ ਕਹਿੰਦੇ ਨੇ ਕਿ ਜੇ ਨਵਜੋਤ ਸਿੰਘ ਸਿੱਧੂ ਸੱਚਾ ਕਾਂਗਰਸੀ ਹੈ ਤਾਂ ਫਿਰ ਉਹ ਕਾਂਗਰਸ ਦੇ ਖਿਲਾਫ ਕਿਉਂ ਬੋਲ ਰਿਹਾ? ਇਸ ਲਈ ਉਸ ਦੀ ਇੱਛਾ ਕੈਪਟਨ ਦਾ ਬਿਆਨ ਹੈ। ਕਹਿੰਦਾ ਉਹਦੀ ਇੱਛਾ ਮੇਰੀ ਕੁਰਸੀ ਨੂੰ ਮੈਨੂੰ ਲਾ ਕੇ ਮੇਰੀ ਕੁਰਸੀ ਤੇ ਬੈਠਣ ਦੀ ਆ। ਮਤਲਬ ਉਹ ਮੈਨੂੰ ਹਟਾ ਕੇ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਤੇ ਇਸ ਲਈ ਹਾਈ ਕਮਾਂਡ ਨੂੰ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੁੰਦੀ ਆ। ਪਰ ਨਵਜੋਤ ਸਿੱਧੂ ਵੋਟ ਪਾਉਣ ਜਾਂਦਾ ਅੰਮ੍ਰਿਤਸਰ ਤੇ মিডিਆ ਉਹਦੇ ਮੂਰੇ ਫੇਰ ਮਾਈਕ ਕਰਦਾ ਤੇ ਨਵਜੋ ਮੈਂ ਤਾਂ ਆਪਣੀ ਆਤਮਾ ਦੀ ਆਵਾਜ਼ ਬੋਲੀ ਆ ਪਰ ਇਹ ਤਾਂ ਉਹ ਖਬਰ ਹੈ ਜਿਹੜੀ ਸਾਰੀ ਆਪਾਂ ਸੁਣ ਲਈ ਆਪਾਂ ਸਾਰਿਆਂ ਨੂੰ ਪਤਾ ਕਿਤਨਾ ਕਿਤੋਂ ਇੱਧਰ-ਉੱਧਰ ਆਈ ਪਰ ਖਬਰ ਦੇ ਪਿੱਛੇ ਖਬਰ ਕੀ ਆ ਖਬਰ ਦੇ ਪਿੱਛੇ ਦੀ ਖਬਰੇ ਆ ਕਿ ਉਹਨੇ ਦੇ ਕਈ ਪਹਿਲੂ ਨੇ ਪਹਿਲਾ ਪਹਿਲੂ ਤਾਂ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਨਵਜੋਤ ਸਿੱਧੂ ਨੂੰ ਪੰਜਾਬ ਤੋਂ ਬਾਹਰ ਰੱਖਣਾ ਚਾਹੁੰਦਾ ਹੈ ਉਹੀ ਜਿਹੜੇ ਅਕਾਲੀ ਦਲ ਖਿਲਾਫ ਨਵਜੋਤ ਸਿੱਧੂ ਬੋਲਦਾ ਸੀ ਕਿ ਇਹ ਮੈਨੂੰ ਬਾਹਰ ਰੱਖਣਾ ਚਾਹੁੰਦੇ ਨੇ ਹੁਣ ਲੱਗਦਾ ਤੁਸੀਂ ਇੱਕ ਗੱਲ ਦੇਖੋ ਨਵਜੋਤ ਸਿੱਧੂ ਕਾਂਗਰਸ ਦੇ ਲਈ ਸਟਾਰ ਪ੍ਰਚਾਰਕ ਹੈ ਪੂਰੇ ਦੇਸ਼ ਦੇ ਵਿੱਚੋਂ ਘੁੰਮ ਕੇ ਕਾਂਗਰਸ ਲਈ ਵੋਟ ਪਰ ਕੈਪਟਨ ਅਮਰਿੰਦਰ ਹਾਈ ਕਮਾਂਡ ਨੂੰ ਦਿਖਾਉਣਾ ਚਾਹੁੰਦਾ ਕਿ ਮੈਂ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਜੇ ਚੋਣ ਲੜ ਰਹੇ ਆਂ ਕਾਂਗਰਸੀ ਜੇ ਚੋਣ ਲੜ ਰਹੇ ਨੇ ਤਾਂ ਉਹਨਾਂ ਨੂੰ ਨਵਜੋਤ ਸਿੱਧੂ ਦੀ ਲੋੜ ਨਹੀਂ ਅਸੀਂ ਨਵਜੋਤ ਸਿੱਧੂ ਤੋਂ ਬਿਨਾਂ ਵੀ ਕਾਂਗਰਸ ਇੱਥੇ ਚੰਗਾ ਪ੍ਰਦਰਸ਼ਨ ਕਰਕੇ ਦਿਖਾਏਗੀ ਇਸ ਲਈ ਨਵਜੋਤ ਸਿੱਧੂ ਨੂੰ ਬਾਹਰ ਰੱਖਦੇ ਨੇ ਦੋਵੇਂ ਪਾਸੇ ਨਵਜੋਤ ਸਿੰਘ ਸਿੱਧੂ ਇਸ ਗੱਲ ਲਈ ਵੀ ਹੁਣ ਔਖੇ ਹੋ ਰਹੇ ਨੇ ਕਿ ਮੈਨੂੰ ਕਿਉਂ ਨਹੀਂ ਪੰਜਾਬ ਦੇ ਵਿੱਚ ਪ੍ਰਚਾਰ ਕਰਨ ਦਿੱਤਾ ਜਾਂਦਾ ਰਾਹੁਲ ਗਾਂਧੀ ਆਉਂਦੇ ਨੇ ਚੋਣਾਂ ਤੋਂ ਪਹਿਲਾਂ ਸਾਰੇ ਲੀਡਰਾਂ ਨੂੰ ਬੋਲਣ ਦਾ ਮੌਕਾ ਮਿਲਦਾ ਹੈ ਨਵਜੋਤ ਸਿੱਧੂ ਸਟੇਜ ਤੇ ਬੈਠੀ ਰਹਿ ਜਾਂਦੇ ਨੇ ਰਾਹੁਲ ਗਾਂਧੀ ਦੀ ਸਟੇਜ ਤੇ ਨਵਜੋਤ ਸਿੱਧੂ ਨੂੰ ਬੋਲਣ ਦਾ ਮੌਕਾ ਨਹੀਂ ਦਿੰਦਾ ਉਸ ਦਿਨ ਤੋਂ ਔਖੇ ਹੁੰਦੇ ਨੇ ਕੈਪਟਨ ਨਾਲ ਤੇ ਇਹ ਗੱਲ ਵੱਧਦੀ ਵੱਧਦੀ ਕਿੱਥੋਂ ਤੱਕ ਪਹੁੰਚ ਗਈ ਕਿ ਹੁਣ ਨਵਜੋਤ ਸਿੱਧੂ ਸਿੱਧਾ ਕੈਪਟਨ ਦੇ ਦੋਸ਼ ਲਾ ਰਹੇ ਨੇ ਕਿ ਹਾਂ ਜੀ ਇਹ ਮੇਰੇ ਖਿਲਾਫ ਕਾਰਵਾਈਆਂ ਹੋ ਰਹੀਆਂ ਮੇਰੀ ਘਰ ਵਾਲੀ ਨੂੰ ਟਿਕਟ ਨਹੀਂ ਦਵਾਈ ਜਾ ਰਹੀ ਪਰ ਮੈਂ ਇਹਦੇ ਹੋਰ ਕਈ ਪਹਿਲੂ ਦੇਖਦਾ ਇੱਕ ਪਹਿਲੂ ਤਾਂ ਇਹ ਕਿ ਨਵਜੋਤ ਸਿੰਘ ਸਿੱਧੂ ਹਾਈ ਕਮਾਂਡ ਦੇ ਨੇੜੇ ਆ ਰਾਹੁਲ ਗਾਂਧੀ ਦੇ ਨੇੜੇ ਆ ਪ੍ਰਿੰਕਾ ਗਾਂਧੀ ਦੇ ਨੇੜੇ ਆ ਉਹ ਸਭਾ ਨੇ ਉਹ ਪੰਜਾਬ ਦੀ ਸੱਤਾ ਤੇ ਕਾਬਜ਼ ਹੋਣਾ ਚਾਹੁੰ ਇੱਛਾ ਤਾਂ ਹੋਏਗੀ ਜਨਾਬ ਕਿ ਤਨਾ ਕਿਤੇ ਮੁੱਖ ਮੰਤਰੀ ਬਣਨ ਦੀ ਤੇ ਕੈਪਟਨ ਨੂੰ ਚਿੰਤਾ ਮੇਰੀ ਕੁਰਸੀ ਨਾ ਖੋਸ ਜਵੇ ਪਰ ਇਸ ਦੇ ਪਿੱਛੇ ਵੀ ਕਿ ਜਿਹੜੀ ਹੋਰ ਖਬਰ ਹੈ ਉਹ ਬੜੀ ਪੰਜਾਬ ਦੇ ਵਿੱਚ ਗੰਭੀਰਤਾ ਨਾਲ ਛਿੜ ਗਈ ਕਿ ਪੰਜਾਬ ਦੇ ਵਿੱਚ ਫਿਰ ਤੀਜਾ ਮੋਰਚਾ ਬਣਨ ਜਾ ਰਿਹਾ ਨਵਜੋਤ ਸਿੱਧੂ ਦੀ ਅਗਵਾਈ ਹੇਠ ਜੇਕਰ ਨਵਜੋਤ ਸਿੱਧੂ ਨੂੰ ਹਾਈ ਕਮਾਂਡ ਨੇ ਨਾ ਸੰਭਾਇਆ ਕਾਂਗਰਸ ਨੇ ਨਾ ਪਲੋਸਿਆ ਤਾਂ ਪੰਜਾਬ ਦੇ ਵਿੱਚ ਤੀਜੇ ਮੋਰਚੇ ਦੀ ਅਗਵਾਈ ਕਰਨ ਵਾਲਾ ਨਵਜੋਤ ਸਿੰਘ ਸਿੱਧੂ ਹੋਏਗਾ ਉਹਦੇ ਮਗਰ ਕੌਣ ਹੋ ਸਕਦਾ ਖੈਰਾ ਸੁਖਪਾਲ ਖੈਰਾ ਦੀ ਪੰਜਾਬ ਇਕਤਾ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਮਿਲਦਾ ਹੈ ਨਾ ਲੋਕ ਸਭਾ ਚੋਣਾਂ ਦੇ ਵਿੱਚ ਤੀਜੇ ਚੌਥੇ ਨੰਬਰ ਦੇ ਉੱਪਰ ਰਹਿਣ ਵਾਲੀ ਹੈ ਪੰਜਾਬ ਦੇ ਵਿੱਚ ਖਿਲਰ ਰਹੀ ਆਵਾਜ਼ ਵੀ ਪਾਰਟੀ ਜਿਹੜੀ ਇੱਕੋ ਇੱਕ ਸੀਟ ਤੇ ਲੜ ਰਹੀ ਹੈ 13 ਤੇ ਲੜ ਕੇ ਵੀ ਇੱਕੋ ਇੱਕ ਸੀਟ ਤੇ ਨਜ਼ਰ ਆ ਰਹੀ ਆ ਭਗਵੰਤ ਮਾਨ ਵਾਲੀ ਸੀਟ ਤੇ ਉਹ ਵੀ ਨਵਜੋਤ ਸਿੰਘ ਦੇ ਪਿੱਛੇ ਝੰਡਾ ਲੈ ਕੇ ਆ ਸਕਦੀ ਹੈ ਟਕਸਾਲੀ ਅਕਾਲੀ ਦਲ ਕੁਝ ਹੋਰ ਰੁੱਸੇ ਕੱਡੇ ਵੱਡੇ ਲੀਡਰ ਕਿ ਉਹ ਸਾਰੇ ਨਵਜੋਤ ਸਿੰਘ ਮਗਰਾ ਸਕਦੇ ਨੇ ਇਸ ਲਈ ਚਰਚਾ ਪੰਜਾਬ ਛਿੜ ਗਈ ਹੈ ਜਨਾਬ ਕਿ ਨਵਜੋਤ ਸਿੰਘ ਕੋਲ 2.5 ਸਾਲ ਹੈਗੇ ਉਹ 2.5 ਸਾਲਾਂ ਦੇ ਵਿੱਚ ਵੱਖਰੀ ਪਾਰਟੀ ਬਣਾ ਸਕਦਾ ਹੈ ਚਰਚਾ ਤਾਂ ਮੈਨੂੰ ਦੇਸ਼ਾਂ ਵਿਦੇਸ਼ਾਂ ਤੋਂ ਵੀ ਮਿਲ ਰਹੀ ਹੈ ਖਬਰ ਤਾਂ ਮੇਰੇ ਕੋਲ ਇਹ ਵੀ ਹੈ ਖਬਰ ਦੇ ਪਿੱਛੇ ਦੀ ਕਿ ਵਿਦੇਸ਼ਾਂ ਤੋਂ ਨਵਜੋਤ ਸਿੱਧੂ ਦੀ ਈਮੇਲ ਤੇ ਰੋਜ਼ ਈਮੇਲ ਆ ਰਹੀਆਂ ਨੇ ਰੋਜ਼ ਮੈਸੇਜ ਆ ਰਹੇ ਨੇ ਕਿ ਅਸੀਂ ਜਿੰਨਾ ਸਾਥ ਮਨਪਰੀਦਾ ਦਿੱਤਾ ਸੀ ਜਿੰਨਾ ਅਸੀਂ ਆਮ ਆਦਮੀ ਪਾਰਟੀ ਨੂੰ ਦਿੱਤਾ ਸੀ ਉਸ ਤੋਂ ਬਾਅਦ ਤੇਰਾ ਦੇਣ ਲਈ ਤਿਆਰ ਆ ਚੱਕਲਾ ਝੰਡਾ ਮਤਲਬ ਪੰਜਾਬ ਦੇ ਵਿੱਚ ਤੀਜੇ ਬਦਲ ਦੀ ਕੋਈ ਥਾਂ ਹੈ ਤੇ ਲੋਕ ਹੁਣ ਉਮੀਦ ਕਰਨ ਲੱਗੇ ਨੇ ਕਿ ਉਹ ਤੀਜਾ ਬਦਲ ਨਵਜੋਤ ਸਿੱਧੂ ਹੋਏਗਾ ਅਜੇ ਚਰਚਾ ਹੈ ਇਹ ਚਰਚਾ ਕਦੋਂ ਹਕੀਕਤ ਚ ਬਦਲਦੀ ਆ ਦੇਖਦੇ ਹਾਂ ਖਬਰਾਂ ਤਾਂ ਹੋਰ ਵੀ ਨੇ ਹੋਰ ਖਬਰਾਂ ਦੇ ਵੀ ਚਰਚਾ ਕਰਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਲੜਦੇ ਨੇ ਆਪਣੇ ਦਮ ਤੇ ਚੋਣ ਲੜਦੇ ਨੇ ਦੇਸ਼ ਦੇ ਵਿੱਚ ਇਸ ਸਮੇਂ ਐਗਜ਼ਿਟ ਪੋਲ ਆਉਂਦੇ ਨੇ ਦਾਵਾ ਕਰ ਰਹੇ ਨੇ ਕਿ ਭਾਰਤ ਦੇ ਵਿੱਚ ਮੁਰਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਕੋਈ 304 ਦੱਸਦਾ ਕੋਈ 310 ਦੱਸਦਾ ਕੋਈ 285 ਦੱਸਦਾ ਪਰ ਸਪਸ਼ਟ ਮੂਹ ਮੰਤ ਮਿਲ ਰਿਹਾ ਪਰ ਮੋਦੀ ਬਾਬਾ ਮੈਂ ਬਾਬਾ ਸ਼ਬਦ ਕਿਉਂ ਕਹਿ ਰਿਹਾ ਜੀ ਚੋਣ ਪ੍ਰਚਾਰ ਜਿਸ ਦਿਨ ਬੰਦ ਹੁੰਦਾ 17 ਤਰੀਕ ਨੂੰ ਪੂਰੇ ਦੇਸ਼ 'ਚ ਤੇ ਉਹ ਤੋਂ ਬਾਅਦ ਵੋਟਾਂ ਦੇ ਨਤੀਜੇ ਆਉਣੇ ਹੁੰਦੇ ਨੇ 23 ਤਰੀਕ ਨੂੰ ਪਰ 19 ਤਰੀਕ ਦੀਆਂ ਵੋਟਾਂ ਪਈਆਂ ਸੀ ਹਲੇ ਆਖਰੀ ਦੌਰ ਦੀਆਂ ਵੋਟਾਂ ਪੈਣੀਆਂ ਸਨ ਤੇ ਇਸ ਲਈ 18 ਤਰੀਕ ਨੂੰ ਮੋਦੀ ਜੀ ਕਦਾਰਨਾਥ ਤੇ ਬਦਰੀਨਾਥ ਦਾ ਰੁਕ ਕਰਦੇ ਨੇ ਤੇ ਸਭ ਤੋਂ ਪਹਿਲਾਂ ਉਹ ਕਦਾਰਨਾਥ ਪਹੁੰਚਦੇ ਨੇ 17 ਤਰੀਕ ਦੀ ਸ਼ਾਮ ਤੋਂ ਬਾਅਦ ਮੀਡੀਆ ਚ ਖਬਰਾਂ ਆਉਂਦੀਆਂ ਸੋਸ਼ਲ ਮੀਡੀਆ ਤੇ ਫੋਟੋਆਂ ਆਉਂਦੀਆਂ ਮੋਦੀ ਜੀ ਗੁਫਾ ਚ ਜਾਂਦੇ ਨੇ ਕਹਿੰਦੇ 17 ਘੰਟੇ ਸਮਾਧੀ ਲਾ ਕੇ ਬੈਠੇ ਰਹੇ 18 ਤਰੀਕ ਨੂੰ ਲੰਗੀ 18 ਮਈ ਨੂੰ 17 ਘੰਟੇ ਮੋਦੀ ਜੀ ਨੇ ਕਦਾਰਨਾਥ ਦੀ ਗੁਫਾ ਚ ਸਮਾਧੀ ਲਈ ਤੇ ਉਸ ਤੋਂ ਬਾਅਦ ਉਹ ਗੁਫਾ ਚੋਂ ਬਾਹਰ ਆਉਂਦੇ ਨੇ ਫਿਰ ਬਦਰੀਨਾਥ ਦਾ ਰੁੱਖ ਕਰਦੇ ਨੇ ਮੱਥਾ ਟੇਕਦੇ ਨੇ ਰਵਾਇਤੀ ਚੋਲਾ ਪਾਇਆ ਜੀ ਜਿਹੜਾ ਉੱਥੇ ਦਾ ਰਵਾਇਤੀ ਪਹਿਰਾਵਾ ਨਾਲ ਸ਼ਿਵਜੀ ਵਾਲਾ ਉਸ ਸ਼ੇਰ ਵਾਲੇ ਦਾ ਕੱਪੜੇ ਦਾ ਉਸ ਤਰ੍ਹਾਂ ਦਾ ਭਗਵਾ ਉਹ ਨਾਲ ਟੰਗਿਆ ਤੇ ਟੋਪੀ ਲਈ ਹੈ ਫਿਰ ਸਮਾਧੀ ਲਾਉਣ ਲੱਗੇ ਉੱਪਰ ਭਗਵੇ ਰੰਗ ਦਾ ਪਰਨੇ ਦਾ ਉਹ ਮਾਰੀ ਹੋਈ ਹੈ ਹੈਨਾ ਤੇ ਇਸ ਲਈ ਉਹ ਸਾਰੀਆਂ ਵੀਡੀਓ ਜਿਹੜੀਆਂ ਫੋਟੋਆਂ ਨੇ ਵੀਡੀਓ ਨੇ ਉਹ ਸਾਰਾ ਕੁਝ ਸੋਸ਼ਲ ਮੀਡੀਆ ਤੇ ਸ਼ੇਅਰ ਹੁੰਦਾ ਤੇ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਕਿਹੜੀ ਅਜਹੀ ਭਗਤੀ ਹੈ ਕਿਹੜੀ ਅਜਹੀ ਸਾਧਨਾ ਹੈ ਕਿਹੜਾ ਅਜਿਹਾ ਯੋਗ ਹੈ ਜਿਹੜਾ ਮੀਡੀਆ ਦੇ ਸਾਹਮਣੇ ਪ੍ਰਚਾਰ ਕਰਕੇ ਹੁੰਦਾ ਹੈ 20-20 ਕੈਮਰੇ ਲੱਗੇ ਹੋਣ ਫੋਟੋਆਂ ਖਿੱਚੀਆਂ ਜਾਂਦੀਆਂ ਮੋਦੀ ਜੀ ਆਪ ਆਪਣੀ ਫੋਟੋ ਟਵੀਟ ਕਰਦੇ ਨੇ ਇੱਕ ਪਾਸੇ ਪੰਜਾਬ ਦੇ ਵਿੱਚ ਚੋਣਾਂ ਹੋ ਰਹੀਆਂ ਹੁੰਦੀਆਂ ਇੱਕ ਪਾਸੇ ਬੰਗਾਲ 'ਚ ਕੁ ਸੀਟਾਂ ਦੇ ਵੋਟਾਂ ਪੈਣੀਆਂ ਹਿਮਾਚਲ 'ਚਲੇ ਵੋਟਾਂ ਪੈਣੀਆਂ ਚੰਡੀਗੜ੍ਹ ਸੀਟ ਤੇ ਵੋਟਾਂ ਪੈਣੀਆਂ ਕੀ ਇਹ ਪ੍ਰਚਾਰ ਨਹੀਂ ਸੀ ਜਨਾਬ ਖਬਰ ਦੇ ਪਿੱਛੇ ਦੀ ਖਬਰ ਇਹ ਹੋ ਹੈ ਕਿ ਵਿਰੋਧੀ ਦਲਾਂ ਨੂੰ ਇਸ ਗੱਲ ਤੋਂ ਤਕਲੀਫ ਹੋਈ ਚਾਹੇ ਉਹ ਬੰਗਾਲ ਦੀ ਮੰਮਤਾ ਹੈ ਚਾਹੇ ਉਹ ਮਾਇਆਵਤੀ ਹੈ ਚਾਹੇ ਸਮਾਜਵਾਦੀ ਪਾਰਟੀ ਹੈ ਚਾਹੇ ਕਾਂਗਰਸ ਹੈ ਉਹਨਾਂ ਸਾਰਿਆਂ ਨੇ ਜਨਾਬ ਚੋਣ ਕਮਿਸ਼ਨ ਕੋਲ ਪਹੁੰਚ ਕਰ ਲਈ ਕਿ ਜੀ ਇਹ ਮੋਦੀ ਦਾ ਪ੍ਰਚਾਰ ਕਿਉਂ ਇਹ ਬੀਜੇਪੀ ਦਾ ਪ੍ਰਚਾਰ ਕਿਉਂ ਇਸ ਲਈ ਇਹ ਸਾਰੇ ਦੇ ਉੱਤੇ ਵੀ ਹੁਣ ਰੋਲਾ ਪੈ ਗਿਆ ਤੇ ਉਹ ਸੋਸ਼ਲ ਮੀਡੀਆ ਤੋਂ ਨਿਕਲ ਕੇ ਗੱਲ ਚੋਣ ਕਮਿਸ਼ਨ ਦੇ ਪਾਲੇ ਚੱਲ ਗਈ ਕਿ ਇਹ ਪ੍ਰਚਾਰ ਕਿਉਂ ਤੇ ਸਵਾਲ ਤਾਂ ਆਪਣੇ ਆਪ ਚ ਬਣਦਾ ਕਿ ਮੋਦੀ ਬਾਬਾ ਜੀ ਕਿਉਂ মিডিਆ ਨੂੰ ਲੈ ਕੇ ਸਮਾਧੀਆਂ ਲਾਉਣ ਜਾਂਦੇ ਨੇ ਕਿਉਂ ਮੰਦਰਾਂ ਚ ਮੱਥਾ ਟੇਕਣ ਵੀ ਆਪਣੇ ਕੈਮਰੇਮੈਨ ਨਾਲ ਲੈ ਕੇ ਜਾਂਦੇ ਨੇ ਕਿਉਂ ਉੱਥੋਂ ਟਵੀਟ ਤੋਂ ਫਿਰ ਇੱਕ ਪਾਸੇ ਕਹਿ ਰਹੇ ਨੇ ਕਿ ਮੈਂ ਪੂਰੀ ਦੁਨੀਆ ਤੋਂ ਕਟਿਆ ਦੂਏ ਪਾਸੇ ਟਵੀਟ ਤੇ ਫੋਟੋ ਆ ਜਾਂਦੀ ਹੈ ਜੈ ਹੋ ਮੋਦੀ ਪਾਵਾ ਦੇਖਦੇ ਹਾਂ 23 ਤਰੀਕ ਨੂੰ ਅਗਲੀ ਖਬਰ ਜਿਹੜੀ ਖਬਰ ਦੇ ਪਿੱਛੇ ਦੀ ਖਬਰ ਹੈ ਉਹ ਹੈ ਫਿਰੋਜ਼ਪੁਰ ਤੋਂ ਜੀ ਪੰਜਾਬ ਦੇ ਵਿੱਚ VOTING ਪਰਸੈਂਟ ਪਿਛਲੀ ਵਾਰ ਨਾਲੋਂ ਘਟਿਆ ਪਰ ਫਿਰੋਜ਼ਪੁਰ ਸ਼ੋਨੀ ਦੇ ਵਿੱਚ ਚਾਰ ਬੂਥ ਅਜੇ ਸੀਗੇ ਜਿਨ੍ਹਾਂ ਦੇ ਉੱਪਰ ਇੱਕ ਵੀ ਵੋਟ ਨਹੀਂ ਪਈ ਹੈਰਾਨੀ ਹੁੰਦੀ ਹੈ ਨਾ ਹਰਾਨੀ ਜਨ ਖਬਰ ਹੈ ਜੀ ਜਦੋਂ ਮੇਰੇ ਸਾਹਮਣੇ ਤਾਥਾ ਇਹ ਤਾਂ ਮੈਂ ਵੀ ਹੈਰਾਨ ਹੋਇਆ ਸੀ ਫਿਰੋਜ਼ਪੁਰ ਸ਼ੋਨੀ ਦੇ ਚਾਰ ਬੂਥ ਨੇ ਜੀ ਗ੍ਰਾਮਪੁਰ ਪਬਲਿਕ ਸਕੂਲ ਦੇ ਵਿੱਚ ਪੋਲਿੰਗ ਬੂਥ ਬਣਦੇ ਨੇ 61 ਨੰਬਰ 62 ਨੰਬਰ 63 ਨੰਬਰ ਤੇ 64 ਨੰਬਰ ਵੋਟਾਂ ਕਿੰਨੀਆਂ 4895 ਵੋਟਾਂ ਨੇ ਇੱਕ ਵੀ ਵੋਟ ਪੋਲ ਨਹੀਂ ਹੁੰਦੀ ਹਾਂ ਫੌਜੀ ਸ਼ੋਨੀ ਹੈ ਵਰਦਾਸਪੁਰ ਦੀ ਮਿਲਟਰੀ ਸ਼ੌਨੀ ਹੈ ਤੇ ਜ਼ਿਆਦਾਤਰ ਜਿਹੜੀਆਂ ਵੋਟਾਂ ਨੇ ਉਹ ਫੌਜੀ ਜਵਾਨਾਂ ਦੀਆਂ ਨੇ ਐ ਫੌਜੀ ਪਰਿਵਾਰਾਂ ਦੀਆਂ ਨੇ ਉੱਥੇ ਜਿਹੜੇ ਰਹਿ ਰਹੇ ਨੇ ਫੌਜੀ ਜਵਾਨ ਜਾਂ ਜਿਨ੍ਹਾਂ ਦੀ ਡਿਊਟੀਆਂ ਲੱਗਦੀਆਂ ਉੱਥੋਂ ਸ਼ੌਨੀ ਦੇ ਵਿੱਚ ਰਹਿਣ ਵਾਲੀਆਂ ਨੇ ਉਹ ਸਾਰੇ ਪਰਿਵਾਰਾਂ ਦੀਆਂ ਵੋਟਾਂ ਨੇ ਤੇ ਅੱਗੇ ਕੀ ਹੁੰਦਾ ਸੀ ਹੁਣ ਤੱਕ ਜਿਹੜੀ ਨਿਕਲ ਕੇ ਆ ਰਹੀ ਹੈ ਖਬਰ ਕਿ ਵੋਟਾਂ ਕਿਉਂ ਨਹੀਂ ਪੋਲ ਹੋਈਆਂ ਅੱਗੇ ਫੌਜ ਅਧਿਕਾਰੀਆਂ ਦਾ ਨੋਡਲ ਅਫਸਰ ਨੂੰ ਪਰਚੀਆਂ ਦਿੱਤੀਆਂ ਜਾਂਦੀਆਂ ਸੀ VOTING ਜਿਹੜੀ ਪਰਚੀਆਂ ਹੁੰਦੀਆਂ ਤੇ ਉਹ ਅੱਗੇ ਆਪਣੇ ਪਰਿਵਾਰਾਂ ਤੱਕ ਫੌਜੀ ਜਵਾਨਾਂ ਤੱਕ ਉਹਨਾਂ ਦੇ ਘਰਾਂ ਤੱਕ ਵੋਟਰਾਂ ਤੱਕ ਪਹੁੰਚਾਈਆਂ ਜਾਂਦੀਆਂ ਸੀ ਇਸ ਵਾਰ ਐਸਡੀਐਮ ਸਾਹਿਬ ਨੇ ਸਾਂਭਿਆ ਕਿ ਮੈਂ ਸਦਾ ਹੀ ਕੰਮ ਕਰਾਂਗਾ। ਐਕਤੀ ਅਸੀਂ ਨੋਡਲ ਅਫਸਰ ਵਿੱਚ ਨਹੀਂ ਲੈਣਾ। ਜਿਵੇਂ ਪੂਰੇ ਪੰਜਾਬ ਦੇ ਵਿੱਚ ਬਾਕੀ ਤਰ੍ਹਾਂ ਆਪ ਪਰਚੀਆਂ ਪਹੁੰਚਾਈਆਂ ਚੋਣ ਕਮਿਸ਼ਨ ਨੇ ਉਸੇ ਤਰ੍ਹਾਂ ਹੁਣ ਘਰਾਂ ਤੱਕ ਪਹੁੰਚੀਆਂ। ਹੁਣ ਸੰਪਰਕ ਕਿੰਨਾ ਖੋਇਆ, ਕਿੰਨੀ ਗੰਭੀਰਤਾ ਨਾਲ ਲਿਆ, ਫੌਜੀ ਜਵਾਨ ਘਰਾਂ ਚੋਂ ਕਿਉਂ ਨਹੀਂ ਨਿਕਲੇ, ਫੌਜੀ ਜਵਾਨਾਂ ਦੇ ਪਰਿਵਾਰ ਕਿਉਂ ਨਹੀਂ ਨਿਕਲੇ। ਹੁਣ ਇਹਦੀ ਜਾਂਚ ਪੜਤਾਲ ਉਹੀ ਚੋਣ ਕਮਿਸ਼ਨ ਕਰ ਰਿਹਾ ਜਿਹੜਾ ਵੋਟਾਂ ਦੀਆਂ ਪਰਚੀਆਂ ਵੰਡਣ ਗਿਆ ਸੀ 4895 ਤੇ ਇੱਕ ਵੀ ਵੋਟ ਨਹੀਂ। ਇਸ ਲਈ ਇਹ ਖਬਰ ਹੁਣ ਪੰਜਾਬ ਦੇ ਵਿੱਚ ਬੜੀ ਚਰਚਾ ਬਣੀ ਹੋਈ ਹੈ। ਤੇ ਜਾਂਦੇ ਜਾਂਦੇ ਇੱਕ ਖਬਰ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰ ਜਾ। ਸੰਨੀ ਦਿਓਲ ਜਦੋਂ ਪੰਜਾਬ ਦੇ ਵਿੱਚ ਸੰਨੀ ਦਿਓਲ ਆਉਂਦਾ ਤਾਂ ਇੱਕ ਵਾਰ ਤਾਂ ਨਲਕੇ ਦੀ ਬੜੀ ਚਰਚਾ ਹੁੰਦੀ ਹੈ। ਇੱਕ ਵਾਰ ਤਾਂ ਉਸਦੇ 2.5 ਕਿਲੋ ਦੇ ਹੱਥ ਦੀ ਬੜੀ ਚਰਚਾ ਹੁੰਦੀ ਹੈ ਤੇ ਨਾਲੇ ਚਰਚਾ ਹੁੰਦੀ ਹੈ ਕਿ ਜੀ ਇਹਨੇ ਪਤਾ ਨਹੀਂ ਜਿੱਤ ਕੇ ਇੱਥੇ ਰਹਿਣਾ ਕਿ ਨਹੀਂ ਰਹਿਣਾ। ਇਸ ਲਈ ਕਿਉਂ ਵੋਟਾਂ ਪਾਈਏ? ਪਹਿਲਾਂ ਐਕਟਰ ਕਿਹੜਾ ਇੱਥੇ ਟਿਕਦੇ ਨੇ ਜੀ। ਪਰ ਫਿਰ ਵੀ ਸੰਨੀ ਦਿਓਲ ਨੇ ਤਰਵਿੰਦਰ ਨੇ ਰੋਡ ਸ਼ੋਅ ਕੀਤੇ, ਮਾਹੌਲ ਬਣਾਇਆ ਤੇ ਜਾਖੜ ਦੇ ਲਈ ਮੁਸੀਬਤ ਖੜੀ ਕਰਤੀ। ਹੁਣ ਚੋਣ ਨਤੀਜਾ ਦੱਸੂਗਾ ਕਿ 23 ਤਰੀਕ ਨੂੰ ਜਿੱਤਦਾ ਕੌਣ ਹੈ? ਸੰਨੀ ਦਿਓਲ ਜਾਂ ਜਾਖੜ? ਪਰ 19 ਤਰੀਕ ਨੂੰ ਜਿੱਦਣ ਵੋਟਾਂ ਪੈ ਰਹੀਆਂ ਸੀ ਉਸ ਦਿਨ ਇਹ ਸੰਨੀ ਦਿਓਲ ਨੇ ਆਪਣਾ ਸਮਾਨ ਪੈਕ ਕਰਨਾ ਸ਼ੁਰੂ ਕਰ ਲਿਆ। ਉਹਦੇ ਨਾਲ ਆਏ ਉਹਦੇ ਬੰਦਿਆਂ ਨੇ ਉਹਦੇ ਟੈਚੀ ਪੈਕ ਕਰਨੇ ਸ਼ੁਰੂ ਕਰ ਲਿਆ, ਉਹਦਾ ਜਿਮ ਪੈਕ ਕਰਨਾ ਸ਼ੁਰੂ ਕਰ ਲਿਆ, ਖੋਲ ਕੇ ਉਹਨਾਂ ਦੀ ਪੈਕਿੰਗ ਸ਼ੁਰੂ ਹੋ ਗਈ ਤੇ ਉਹ ਵੀਡੀਓ ਜਨਾਬ ਵੋਟਾਂ ਵਾਲੇ ਦੇ ਨੇ ਫੈਲਣੀ ਸ਼ੁਰੂ ਹੋ ਗਈ। ਹਲੇ ਲੋਕ ਪੋਲਿੰਗ ਬੂਥਾਂ ਦੇ ਲਾਈਨਾਂ ਤੇ ਲੱਗੇ ਨੇ ਤੇ ਉਹਨਾਂ ਦੇ ਮੋਬਾਈਲ ਤੇ ਵੀਡੀਓ ਆ ਰਹੀ ਹੈ ਕਿ ਲੋ ਜੀ ਸੰਨੀ ਦਿਓਲ ਤਾਂ ਛੱਡ ਕੇ ਚੱਲੇ ਗੁਰਦਾਸਪੁਰ ਨੂੰ, ਉਹ ਤਾਂ ਪੰਜਾਬ ਦੀ ਧਰਤੀ ਤੋਂ ਚੱਲੇ ਬੰਬੇ ਨੂੰ। ਇਹ ਚਰਚਾ ਜਦੋਂ ਸਾਹਮਣੇ ਆਉਂਦੀ ਆ ਤਾਂ ਸੰਨੀ ਦਿਓਲ ਦੇ ਬੰਦਿਆਂ ਆਪਣੇ ਖਲਾਬੀ ਵੋਟਾਂ ਭੁਗ ਸਕਦੀਆਂ ਫਟਾਫਟ ਵਿਚਾਰੇ ਸਮਾਨ ਖੋਲਦੇ ਨੇ ਦੁਬਾਰਾ ਲਾਉਂਦੇ ਨੇ ਤੇ ਰੋਲਾ ਪਾਉਂਦੇ ਨੇ ਕਿ ਨਹੀਂ ਜੀ ਅਸੀਂ ਕੋਈ ਸਮਾਨ ਨਹੀਂ ਪੈਕ ਕੀਤਾ ਉਹ ਤਾਂ ਸੰਨੀ ਦੇ올 ਨੇ 2 ਦਿਨ ਮਨਾਲੀ ਕੰਨੀ ਜਾਣਾ ਸੀ ਅਸੀਂ ਸੋਚਿਆ ਜ਼ਿੰਮੇਵਾਰ ਸਮਾਨ ਨਾਲ ਲਈਏ ਅਸੀਂ ਕੋਈ ਪੰਜਾਬ ਨਹੀਂ ਛੱਡ ਕੇ ਜਾ ਰਹੇ ਕੋਈ ਗਰਦਾਸਪੁਰ ਨਹੀਂ ਛੱਡ ਕੇ ਜਾ ਰਹੇ ਪਰ ਵੀਡੀਓ ਫੈਲ ਚੁੱਕੀ ਸੀ ਖਬਰ ਦਾ ਸੱਚ ਇਹੋ ਸੀ ਕਿ ਸੰਨੀ ਦੇ올 ਦੇ ਬੰਦਿਆਂ ਨੇ ਸਮਾਨ ਚੱਕਣਾ ਸ਼ੁਰੂ ਕਰ ਲਿਆ ਸੀ ਤੇ ਦੁਬਾਰਾ ਰੱਖ ਲਿਆ ਹੁਣ ਦੇਖਦੇ ਹਾਂ 23 ਤਰੀਕ ਨੂੰ ਸਮਾਨ ਰੱਖਿਆ ਰਹਿੰਦਾ ਕਿ ਬੰਬੇ ਨੂੰ ਰਵਾਨਾ ਹੁੰਦਾ ਇਹ ਖਬਰਾਂ ਦੀ ਖਬਰ ਲੈਂਦੇ ਰਾਂਗੇ ਫਿਰ ਮਿਲਾਂਗੇ ਇਸੇ ਪ੍ਰੋਗਰਾਮ 'ਚ ਮ ਵਰਾਂ ਦੀ ਖਬਰ